ਕਹਿੰਦੇ ਕਿ ਦੇਖੀ ਸੁਖਬੀਰ ਬਾਦਲ ਕੀ ਯਾਰੀ, ਪਿਛੜੇ ਸਭੀ ਬਾਰੀ ਬਾਰੀ, ਇੱਕ ਤੋਂ ਬਾਅਦ ਇੱਕ ਜਾ ਰਹੇ ਹੈ। ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਬਰਦਾਸ਼ਤ ਨਹੀਂ ਕਰਦੇ। ਹੁਣ ਮੇਰਾ ਮੁੰਡਾ ਲੱਗੂਗਾ ਪ੍ਰਧਾਨ, ਇਹਦੋ ਨਾਲ ਸਮੇਂ 'ਚ ਮੇਰਾ ਪੋਤਾ ਲੱਗੂਗਾ, ਇਹ ਤਾਂ ਹੋਣਾ ਹੀ ਹੋਣਾ ਸੀ, ਇਹ ਕੇਵਲ ਇਹ ਤਾਂ ਸ਼ੁਰੂਆਤ ਹੋ ਗਿਆ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਚੰਡੀਗੜ੍ਹ। ਦੋਸਤੋ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਬੜੇ ਢੀਂਡਸਾ ਸਾਹਿਬ ਯਾਨੀ ਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਤਾਂ ਕਾਫੀ ਨਾਰਾਜ਼ ਹੀ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਔਰ ਕਿਤੇ ਨਾ ਕਿਤੇ ਕਿਆਸ ਲਾਏ ਜਾ ਰਹੇ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਵੀ ਅਸਤੀਫਾ ਦੇ ਸਕਦਾ ਹੈ। ਔਰ ਜਦੋਂ ਵੀ ਸੁਖਦੇਵ ਢੀਂਡਸਾ ਜੀ ਦੇ ਨਾਲ ਇਹ ਸੰਪਰਕ ਕਰਕੇ ਗੱਲਬਾਤ ਕੀਤੀ ਜਾਂਦੀ ਸੀ ਕਿ ਪਰਮਿੰਦਰ ਢੀਂਡਸਾ ਕੀ ਤੁਹਾਡੇ ਪਿੱਛੇ ਆਏਗਾ, ਤਾਂ ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਸੀ ਜੀ ਇਹ ਤੁਸੀਂ ਉਹਨਾਂ ਕੋਲ ਜਾ ਕੇ ਪੁੱਛੋ। ਔਰ ਵੱਡੀ ਖਬਰ ਇਹ ਹੈ ਕਿ ਪਰਮਿੰਦਰ ਢੀਂਡਸਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤੀ ਹੈ। ਔਰ ਸੁਖਬੀਰ ਬਾਦਲ ਜੀ ਨੇ ਕੀ ਐਕਸ਼ਨ ਲਿਆ, ਇਹ ਪੂਰੀ ਜਾਣਕਾਰੀ ਲਈ ਚੱਲਦੇ ਹਾਂ ਚੰਡੀਗੜ੍ਹ। ਵਿਨੋਦ ਸ਼ਰਮਾ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਸ਼ਰਮਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਸਰ, ਕੱਲ੍ਹ ਜਿਸ ਤਰ੍ਹਾਂ ਇਹ ਪਰਮਿੰਦਰ ਢੀਂਡਸਾ ਜੀ ਨੇ ਬਾਦਲ ਸਾਹਿਬ ਨੂੰ ਆਪਣਾ ਅਸਤੀਫਾ ਜਿਹੜਾ ਭੇਜਿਆ, ਉਸ ਤੋਂ ਬਾਅਦ ਬਾਦਲ ਸਾਹਿਬ ਨੇ ਅਸਤੀਫਾ ਮਨਜ਼ੂਰ ਕਰ ਲਿਆ, ਤੇ ਇਸਦੇ ਨਾਲ ਹੀ ਕਿਹਾ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫੇਰ ਵੱਡਾ ਝਟਕਾ ਜਿਹੜਾ ਉਹ ਲੱਗਿਆ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਵਰਿਸ਼ਠ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਨੇ, ਉਸ ਤੋਂ ਬਾਅਦ ਸੇਵਾ ਸਿੰਘ ਸੇਖਵਾ ਨੇ, ਫੇਰ ਉਸ ਤੋਂ ਬਾਅਦ ਸੀਨੀਅਰ ਲੀਡਰ ਰਤਨ ਸਿੰਘ ਅਜਨਾਲਾ ਨੇ ਪਾਰਟੀ ਛੱਡੀ, ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਾਰਟੀ ਛੱਡੀ ਸੀਗੀ। ਮੈਂ ਇਹਦੇ ਨਾਲ ਇਹ ਦੱਸ ਦਿੰਦਾ, ਸੁਖਦੇਵ ਸਿੰਘ ਢੀਂਡਸਾ ਨੇ ਜਦੋਂ ਪਾਰਟੀ ਛੱਡੀ ਸੀ, ਉਸ ਟਾਈਮ ਸੁਖਦੇਵ ਸਿੰਘ ਢੀਂਡਸਾ ਨੇ ਇਹ ਕਿਹਾ ਸੀਗਾ ਕਿ ਮੇਰਾ ਬੇਟਾ ਪਰਮਿੰਦਰ ਢੀਂਡਸਾ ਮੇਰੇ ਤੋਂ ਪਾਰ ਨਹੀਂ ਹੈ। ਅੱਜ ਜੋ ਦੇਖਣ ਨੂੰ ਮਿਲਦਾ ਜਦੋਂ ਇਹਨਾਂ ਨੇ ਆਪਣਾ ਅਸਤੀਫਾ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਜੀ। ਲੇਕਿਨ ਦੂਸਰੇ ਪਾਸੇ ਗੱਲ ਕਰੀਏ ਵਿਨੋਦ ਸ਼ਰਮਾ ਜੀ, ਤਾਂ ਇਸ ਸਮੇਂ ਵਾਕਿਆ ਸ਼੍ਰੋਮਣੀ ਅਕਾਲੀ ਦਲ ਮੁਸੀਬਤ ਦੀ ਘੜੀ ਦੇ ਵਿੱਚ ਹੈ ਜੀ? ਬਿਲਕੁਲ, ਇਹ ਕਿਹਾ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਫੇਰ ਇੱਕ ਵਾਰੀ ਵੱਡਾ ਝਟਕਾ ਲੱਗਿਆ, ਕਿਉਂਕਿ ਸੀਨੀਅਰ ਲੀਡਰ ਜਿਸ ਤਰ੍ਹਾਂ ਅਕਾਲੀ ਦਲ ਛੱਡਦੇ ਜਾ ਰਹੇ ਹੈ, ਉਸ ਤਰ੍ਹਾਂ ਹੀ ਇਹ ਸੁਖਬੀਰ ਬਾਦਲ ਵਾਸਤੇ ਸਿਰ ਦਰਦ ਬਣਿਆ ਹੋਇਆ ਹੈ ਕਿ ਉਹ ਕਿਸ ਤਰ੍ਹਾਂ ਇਹਨਾਂ ਨੂੰ ਮਨਾਈਏ, ਕਿਉਂਕਿ ਬੜੇ ਬਾਦਲ ਜਿਹੜੇ ਸੀਗੇ ਸੁਖਬੀਰ ਸਿੰਘ ਬਾਦਲ ਦੇ ਪਿਤਾ ਜੀ, ਉਹ ਇਹ ਬੜੇ ਲੀਡਰ ਇਹਨਾਂ ਦੇ ਕਹਿਣ ਦੇ ਉੱਤੇ ਚੱਲਦੇ ਸੀਗੇ, ਲੇਕਿਨ ਹੁਣ ਇਹ ਜਿਹੜੇ ਲੀਡਰ ਛੱਡ ਕੇ ਗਏ ਹੈ ਕਹਿੰਦੇ ਹੈ ਕਿ ਸੁਖਬੀਰ ਸਿੰਘ ਬਾਦਲ ਡਿਕਟੇਟਰਸ਼ਿਪ ਜਿਹੜੇ ਆਪਣੀ ਚਲਾ ਰਹੇ ਹੈ, ਇਹ ਸਾਨੂੰ ਸਹਿਣ ਨਹੀਂ ਹੈ ਜੀ। ਸ਼ਰਮਾ ਜੀ, ਪਿਛਲੇ ਦਿਨਾਂ ਦੀ ਗੱਲ ਕਰੀਏ ਤੇ ਬਾਦਲ ਸਾਹਿਬ ਨੇ ਇੱਕ ਰੈਲੀ ਕੀਤੀ ਸੀ ਔਰ ਪੰਜਾਬ ਸਰਕਾਰ ਦੇ ਖਿਲਾਫ, ਤਾਂ ਕਿਸੇ ਵੀ ਰੈਲੀ ਵਿੱਚ ਪਰਮਿੰਦਰ ਢੀਂਡਸਾ ਜੀ ਨਜ਼ਰ ਨਹੀਂ ਆਏ ਸੀ ਜੀ? ਉਦੋਂ ਦੀ ਕਿਆਸ ਲਗਾਏ ਜਾ ਰਹੇ ਸੀਗੇ, ਮੀਡੀਆ ਪਰਮਿੰਦਰ ਢੀਂਡਸਾ ਨੂੰ ਵੀ ਬਾਰ ਬਾਰ ਪੁੱਛ ਰਹੀ ਸੀ, ਲੇਕਿਨ ਪਰਮਿੰਦਰ ਢੀਂਡਸਾ ਜੀ ਵੀ ਆਪਣੀ ਚੁੱਪੀ ਸਾਧਦੇ ਹੋਏ ਸੀਗੇ, ਲੇਕਿਨ ਇਹ ਕਿਆਸ ਬੜੇ ਮੀਡੀਆ ਦੇ ਵਿੱਚ ਤੇਜ਼ ਹੋ ਗਏ ਸੀਗੇ, ਕਿਉਂਕਿ ਜਦੋਂ ਪਟਿਆਲਾ ਦੇ ਵਿੱਚ ਰੈਲੀ ਕੀਤੀ ਗਈ ਸੀ, ਉਸ ਟਾਈਮ ਵੀ ਪਰਮਿੰਦਰ ਸਿੰਘ ਢੀਂਡਸਾ ਉੱਥੇ ਨਹੀਂ ਪਹੁੰਚੇ ਸੀਗੇ। ਉਸ ਤੋਂ ਬਾਅਦ ਇਹ ਕਿਆਸ ਅਕਾਲੀ ਦਲ ਦੇ ਵਿੱਚ ਵੀ ਸੀਗੇ ਕਿ ਜਦੋਂ ਇਹ ਪਰਮਿੰਦਰ ਢੀਂਡਸਾ ਆਪਣਾ ਜਿਹੜਾ ਅਸਤੀਫਾ ਸੌਂਪਣਗੇ, ਲੇਕਿਨ ਇਹ ਜ਼ਰੂਰ ਕਿਹਾ ਜਾ ਸਕਦਾ ਜਿਹੜਾ ਵਿਧਾਇਕ ਦਲ ਦੇ ਨੇਤਾ ਸੀਗੇ ਪਰਮਿੰਦਰ ਢੀਂਡਸਾ, ਉਹਦੇ ਵਿੱਚੋਂ ਅਸਤੀਫਾ ਦਿੱਤਾ ਗਿਆ, ਲੇਕਿਨ ਅਜੇ ਵੀ ਪਾਰਟੀ ਦੇ ਵਿੱਚ ਹੈ। ਲੇਕਿਨ ਇਹ ਕਿਆਸ ਵੀ ਬੜੇ ਜ਼ੋਰ ਨਾਲ ਉੱਠ ਰਹੇ ਹੈ ਕਿ ਕਦੀ ਵੀ ਇਹ ਪਾਰਟੀ ਛੱਡ ਕੇ ਅਕਾਲੀ ਦਲ ਪਾਰਟੀ ਛੱਡ ਕੇ ਜਾ ਸਕਦੇ ਨੇ ਜੀ। ਬਹੁਤ ਬਹੁਤ ਮਿਹਰਬਾਨੀ ਸ਼ਰਮਾ ਜੀ, ਤੁਸੀਂ ਅਪਡੇਟ ਦਿੱਤੀ ਔਰ ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ।
ਦੇਖੋ ਜਿਸ ਤਰ੍ਹਾਂ ਸੁਖਬੀਰ ਬਾਦਲ ਦੇ ਲੋਕ ਖਿਲਾਫ਼ ਹੈ, ਪੰਥ ਵੀ ਖਿਲਾਫ਼ ਹੈ, ਪਾਰਟੀ ਵੀ ਖਿਲਾਫ਼ ਆ, ਔਰ ਇੱਕ ਤੋਂ ਬਾਅਦ ਇੱਕ ਵਿਕਟਾਂ ਡਿੱਗਦੀਆਂ ਜਾ ਰਹੀਆਂ ਕਹਿੰਦੇ ਕਿ ਦੇਖੀ ਸੁਖਬੀਰ ਬਾਦਲ ਕੀ ਯਾਰੀ, ਵਿਛੜੇ ਸਭੀ ਬਾਰੀ ਬਾਰੀ, ਇੱਕ ਤੋਂ ਬਾਅਦ ਇੱਕ ਜਾ ਰਹੇ ਹੈ। ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਬਰਦਾਸ਼ਤ ਨਹੀਂ ਕਰਦੇ, ਅਕਾਲੀ ਦਲ ਦੇ ਲੋਕ ਵੀ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਬਰਦਾਸ਼ਤ ਨਹੀਂ ਕਰਦੇ, ਅਤੇ ਸੁਖਬੀਰ ਬਾਦਲ ਨੂੰ ਬਜਾਏ ਕਿ ਪਾਰਟੀ ਦੇ ਲੋਕ ਅਸਤੀਫਾ ਦੇਣ, ਸੁਖਬੀਰ ਬਾਦਲ ਨੂੰ ਖੁਦ ਅਸਤੀਫਾ ਦੇ ਦੇਣਾ ਚਾਹੀਦਾ, ਅਤੇ ਇਹਨਾਂ ਨੂੰ ਪੰਥ ਔਰ ਪੰਜਾਬ ਦੇ ਕੋਲੋਂ ਆਪਣੇ ਕੀਤੇ ਹੋਏ ਕਰਮਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਡਾਕਟਰ ਸਾਹਿਬ, ਪਤਾ ਲੱਗਾ ਸ਼ਿਵਿੰਦਰ ਢਿੱਲੋਂ ਨੂੰ ਪਾਰਟੀ ਲੀਡਰ ਬਣਾ ਦਿੱਤਾ ਗਿਆ ਸੁਖਬੀਰ ਬਾਦਲ ਵੱਲੋਂ? ਦੇਖੋ ਮੈਂ ਕੀ ਕਹਾਂ ਜੀ, ਅੱਗੇ ਢੀਂਡਸਾ ਸਾਹਿਬ ਛੱਡ ਕੇ ਗਏ ਆ, ਹੁਣ ਕਹਿੰਦੇ ਆ ਕਿ ਢਿੱਲੋਂ ਸਾਹਿਬ ਨੂੰ ਬਣਾ ਤਾ ਉਹਨਾਂ ਦੀ ਜਗ੍ਹਾ ਲੀਡਰ, ਅਤੇ ਮੈਂ ਤੁਹਾਨੂੰ ਕੀ ਦੱਸਾਂ, ਕਹਿੰਦੇ ਕਿ ਉੱਜੜੇ ਬਾਗਾਂ ਦੇ ਗਾਲੜ ਪਟਵਾਰੀ, ਜਿਹੜਾ ਬਾਗ ਹੀ ਜੁੜ ਰਿਹਾ ਉਹਦੇ ਪਟਵਾਰੀ ਨੇ ਕਰਨਾ ਕੀ ਕੰਮ ਭਾਈ? ਹੋਣਾ ਸੀ ਜਦੋਂ ਲੋਕਾਂ ਦੇ ਸੰਘਰਸ਼ ਨਾਲ ਕਦੋਂ ਕੋਈ ਪਾਰਟੀ ਬਣੀ ਹੋਵੇ, ਲੋਕਾਂ ਦੇ ਉਹਦੇ 'ਚ ਸ਼ਹੀਦੀਆਂ ਦਿੱਤੀਆਂ ਹੋਣ, ਲੜਾਈਆਂ ਲੜੀਆਂ ਹੋਣ, ਅਤੇ ਉਹਦੇ 'ਤੇ ਕੇਵਲ ਇੱਕ ਪਰਿਵਾਰ ਦਾ ਰਾਜ ਹੋ ਜਾਵੇ, ਹੈ ਨਾ, ਅਤੇ ਉਹੀ ਪਰਿਵਾਰ ਕਹੇ ਵੀ ਹੁਣ ਮੇਰਾ ਮੁੰਡਾ ਲੱਗੂਗਾ ਪ੍ਰਧਾਨ, ਇਹਦੋ ਨਾਲ ਸਮੇਂ 'ਚ ਮੇਰਾ ਪੋਤਾ ਲੱਗੂਗਾ, ਇਹ ਤਾਂ ਹੋਣਾ ਹੀ ਹੋਣਾ ਸੀ। ਇਹ ਕੇਵਲ ਇਹ ਤਾਂ ਸ਼ੁਰੂਆਤ ਹੋਈ ਹੈ। ਅੱਜ ਪੰਜਾਬ ਦੇ ਵਿੱਚ ਜਿਹੜੇ ਮਤਲਬ ਕਿ ਜਿੱਦਾਂ ਦਾ ਮਾਹੌਲ ਬਣਿਆ ਹੋਇਆ, ਅਕਾਲੀ ਦਲ ਦਾ ਜਿਹੜਾ ਪਤਨ ਹੈ ਉਹ ਸਾਹਮਣੇ ਕੰਧ 'ਤੇ ਲਿਖਿਆ ਹੋਇਆ, ਹੋਣਾ ਹੀ ਹੋਣਾ ਹੈਗਾ ਜੇ ਪਰਿਵਾਰਵਾਦ ਇਸੇ ਤਰ੍ਹਾਂ ਚੱਲਦਾ ਰਿਹਾ, ਇਹ ਸ਼ੁਰੂਆਤ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੱਗਦਾ ਕਿ ਹੋਰ ਵੀ ਜਿਹੜੇ ਬੜੇ ਲੀਡਰ ਨੇ ਉਹ ਆਪਣੇ ਜਿਹੜੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਇੱਕ ਪਰਿਵਾਰ ਦੇ ਬਾਦਲ ਪਰਿਵਾਰ ਦੇ ਨੀਚੇ ਨਹੀਂ ਰਹਿਣਗੇ, ਅਤੇ ਜੋ ਅਕਾਲੀ ਦਲ ਦਾ ਇਤਿਹਾਸ ਹੈ ਉਹਨੂੰ ਪੜ੍ਹਨਗੇ, ਅਤੇ ਹੋਰ ਵੀ ਲੀਡਰ ਆ ਜਿਹੜੀ ਬਾਦਲ ਪਰਿਵਾਰ ਦੀ ਜਿਹੜੀ ਆ ਉਹ ਲੀਡਰੀ ਥੱਲੇ ਕੰਮ ਜਿਹੜੇ ਆ ਨਹੀਂ ਕਰਨਗੇ। ਪਰਮਿੰਦਰ ਢੀਂਡਸਾ ਜੀ, ਪਹਿਲਾਂ ਤਾਂ ਆਪਦੀ ਬਿਮਾਰੀ ਦਾ ਜਿਹੜਾ ਹੈ ਅਤੇ ਨਾਲ ਹੀ ਆਪਦੀ ਸਿਹਤ ਨੂੰ ਲੈ ਕੇ ਹਵਾਲਾ ਦੇ ਰਹੇ ਸੀ, ਪਰ ਤੁਹਾਨੂੰ ਲੱਗਦਾ ਕਿ ਇਹ ਕਾਰਨ ਹੈਗਾ? ਸੁਖਦੇਵ ਢੀਂਡਸਾ ਦੀ ਗੱਲ ਕਰ ਰਹੇ ਜਾਂ ਪਰਮਿੰਦਰ ਜੀ? ਸੁਖਦੇਵ ਢੀਂਡਸਾ ਜੀ ਨੇ ਪਹਿਲਾਂ ਛੱਡੀ ਸੀ ਤੁਹਾਨੂੰ? ਦੇਖੋ ਉਦੋਂ ਵੀ ਉਹ ਜਿਹੜਾ ਕੋਈ ਸਿਆਣਾ ਬੰਦਾ ਹੁੰਦਾ ਨਾ, ਉਹਨੂੰ ਐਂ ਹੁੰਦਾ ਵੀ ਜੇ ਮੈਂ ਮੀਡੀਆ 'ਚ ਨਾ ਜਾਵਾਂ ਇੰਨੇ ਕੁ ਨਾਲ ਹੀ ਪਿਓ ਪੁੱਤ ਸਮਝ ਜਾਣ, ਬਾਜ ਆ ਜਾਣ, ਪਰ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ ਹੀ ਨਹੀਂ, ਐਡੇ ਦੇਖੋ ਬਾਦਲ ਸਾਹਿਬ ਨਾਲੋਂ 15 ਸਾਲ ਉਮਰ ਮੈਨੂੰ ਲੱਗਦਾ ਘੱਟ ਹੈ ਢੀਂਡਸਾ ਸਾਹਿਬ ਦੀ, ਹੈ ਨਾ, ਉਹ ਕਿ ਜਦੋਂ ਬਾਦਲ ਸਾਹਿਬ ਹਜੇ ਤੱਕ ਕੁਰਸੀ ਨਹੀਂ ਛੱਡ ਰਹੇ ਤਾਂ ਢੀਂਡਸਾ ਸਾਹਿਬ ਤਾਂ ਉਦੋਂ 15 ਸਾਲ ਛੋਟੇ ਆ, ਉਹਨਾਂ ਨੂੰ ਕਿਵੇਂ ਬਿਮਾਰੀ ਉਹ ਕਰ ਸਕਦੀ ਹੈ? ਬਾਕੀ ਮੈਂ ਜਾਣਦਾ ਮੇਰੇ ਜ਼ਿਲ੍ਹੇ ਦੇ ਆ ਪੂਰੇ ਕਾਇਮ ਨੇ, ਤੰਦਰੁਸਤ ਨੇ, ਲੋਕਾਂ ਦੇ ਹਜੇ ਵੀ ਆਉਂਦੇ ਜਾਂਦੇ ਨੇ, ਉਹ ਸਿਰਫ ਬਹਾਨਾ ਸੀ। ਪਰ ਜਦੋਂ ਕੋਈ ਉਹਨਾਂ ਦੀ ਪਾਰਟੀ ਦੇ ਅੰਦਰ ਨਾ ਸੁਣੀ ਗਈ, ਕੋਈ ਪਾਰਟੀ ਦੇ ਵਿੱਚ ਡੈਮੋਕਰੇਸੀ ਨਹੀਂ, ਇਸੇ ਕਰਕੇ ਮੈਂ ਸਮਝਦਾ ਕਿ ਉਹਨਾਂ ਨੂੰ ਜਿਹੜਾ ਇਹ ਮਜਬੂਰਨ ਹੈ ਜਿਹੜਾ ਇਹ ਸਟੈਪ ਹੈ ਜਿਹੜਾ ਉਹ ਲੈਣਾ ਪਿਆ। ਮੀਤ ਸਾਹਿਬ, CA ਦੇ ਮਸਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਸਟੈਂਡ ਆਪਣਾ ਸਾਫ਼ ਕੀਤਾ, ਕਹਿੰਦੇ ਪੰਜਾਬ 'ਚ ਲਾਗੂ ਨਹੀਂ ਹੋਣ ਦਿੰਦੇ, ਹਾਲਾਂਕਿ ਕੇਂਦਰੀ ਕਾਨੂੰਨ ਮੰਤਰੀ ਨੇ ਕਿਹਾ ਕਿ ਇਹ ਲਾਗੂ ਕਰਨਾ ਹੀ ਪੈਣਾ। ਦੇਖੋ ਜੀ, ਆਮ ਆਦਮੀ ਪਾਰਟੀ ਦਾ ਪਹਿਲਾਂ ਵੀ ਅਸੀਂ ਆਪਣਾ ਸਟੈਂਡ ਹੈ ਜਿਹੜਾ ਸਪਸ਼ਟ ਕਰ ਚੁੱਕੇ ਹਾਂ ਕਿ ਅਸੀਂ ਇਹਦੇ ਇੰਗੇਜਡ ਹਾਂ, ਅਤੇ ਅਸੀਂ ਤਾਂ ਆਲ ਪਾਰਟੀ ਮੀਟਿੰਗ ਵੀ ਅਸੀਂ ਕਹਿੰਦੇ ਹਾਂ ਕਿ ਇਹਦੇ 'ਤੇ ਬੁਲਾਈ ਜਾਵੇ, ਕਿਉਂਕਿ ਜਿਹੜਾ ਅਕਾਲੀ ਦਲ ਬਾਦਲ ਹੈ ਜਿਹਦੇ ਵਿੱਚ ਹੁਣ ਬਗਾਵਤ ਹੈ ਬੜੇ ਜ਼ੋਰਾਂ 'ਤੇ ਚੱਲ ਰਹੀ ਹੈ, ਇੱਥੇ ਤੱਕ ਕਹਿੰਦੇ ਆ ਕਿ ਅਸੀਂ ਵਿਰੋਧ ਕਰਦੇ ਹਾਂ, ਅਤੇ ਉੱਥੇ ਜਦੋਂ ਕੁਰਸੀ ਬਚਾਉਣੀ ਆ ਆਪਣੀ, ਹੈ ਬਾਦਲ ਸਾਹਿਬ ਨੇ ਆਪਣੀ ਨੂੰਹ ਦੀ ਕੁਰਸੀ ਬਚਾਉਣੀ ਆ, ਉੱਥੇ ਜਾ ਕੇ ਉਹਨਾਂ ਦੇ ਪਤੀ ਵੀ ਜਿਹੜੇ ਹੋਰ ਵੀ ਅਕਾਲੀ ਦਲ ਦੇ ਮੈਂਬਰ ਆ ਉੱਥੇ ਹੱਕ 'ਚ ਵੋਟ ਪਾਉਂਦੇ ਆ। ਸੋ ਇੱਥੇ ਆਉਣ, ਵਿਧਾਨ ਸਭਾ ਸੈਸ਼ਨ ਬੁਲਾਈਏ, ਨਾਲੇ ਇੱਥੇ ਆਪਣੀ ਕਲੈਰੀਫਿਕੇਸ਼ਨ ਦੇਣ ਕਿ ਤੁਸੀਂ ਹੱਕ 'ਚੋਂ ਕਿ ਵਿਰੋਧ 'ਚੋਂ। ਸੋ ਅਸੀਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇਸਦੇ ਵਿਰੋਧ 'ਚ। ਕੈਪਟਨ ਸਾਹਿਬ ਦਾ ਸਮਰਥਨ ਕਰਦੇ ਆ ਸਟੇਟਮੈਂਟ ਦਾ? ਦੇਖੋ ਜੀ, ਇਹ ਕੈਪਟਨ ਸਾਹਿਬ ਦਾ ਅਸੀਂ, ਕਿਉਂਕਿ ਸਾਨੂੰ ਜਦੋਂ ਅਸੀਂ ਇਹੀ ਕਹਿਤਾ ਵੀ ਅਸੀਂ ਵਿਰੋਧ 'ਚ ਹਾਂ, ਹੈ ਨਾ, ਸਮਰਥਨ ਕਰਨ ਨਾ ਕਰਨ ਵਾਲੀ ਕੋਈ ਗੱਲ ਨਹੀਂ ਰਹੀ, ਅਸੀਂ ਸਾਡਾ ਸਪਸ਼ਟ ਸਟੈਂਡ ਹੈ ਕਿ ਅਸੀਂ ਜਿਹੜਾ ਬਿੱਲ ਹੈ ਇਹਦੇ ਵਿਰੋਧ 'ਚ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ। ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ।
ਕੀਤਾ ਕਰਾਇਆ ਜਾਦੂ ਟੋਣਾ ਗ੍ਰਹਿ ਲਈ ਕਾਰੋਬਾਰ ਅਤੇ ਵਿਦੇਸ਼ ਸੰਬੰਧੀ ਆਪਣੀ ਹਰ ਸਮੱਸਿਆ ਬਾਰੇ ਤੁਸੀਂ ਪੰਡਿਤ ਜੀ ਨੂੰ ਬਿਨਾਂ ਦੱਸੇ ਜਾਣ ਸਕਦੇ ਹੋ। ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ। ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ।